पंजाब एग्रीकल्चर यूनिवर्सिटी लुधियाना हरेक साल रौनी विखे किसान मेला लाउंदी आ और हरेक साल किसानों सिखलाई देने दे और नवें नवें जो खोजा होंदियां ने उन्होंने किसानों साझा करन दे लई इस मेले का जो आयोजन किया जाता गा। मानयोग वाइस चांसलर गोसल साहब आज भी इसकी प्रधानगी की है। बहुत अच्छा मैसेज संदेश पंजाब के किसानों को गया। पंजाब जिहड़ा खेती वल लगातार तरक्की कर रहा अज सरदार गुरदेव सिंह खुश जिहड़े कि मैं समझना चावलों के बादशाह जाने जाते हैं जिन्होंने बहुत बड़ियां खोजा कलियां पंजाब लई नहीं पूरे देश विदेशों लई कीतियां ना जो भी आए हुए थे। सो आके बड़ा खुश होए कि देखा कि पंजाब का किसान किस तरह तरक्की कर रहा है। सो गुरदेव सिंह खुश जी ने बहुत बड़ा योगदान खास करके चावलों की खेती च पाया गा। सो उन्हों का बहुत बहुत धन्यवाद सर। जिहड़े हेल्थ दे उहदे लई सिक्ख्या लई रखिया जी स्पैशल खेतीबाड़ी लई वधाउण दी हैगी। बिल्कुल खेतीबाड़ी लई बजट जिहड़ा पिछले साल भी वधाया सी हरेक साल असीं वधाउने आ और मानयोग वाइस चांसलर साहब जदों भी कदे खेती दे लई कोई भी डिमांड करते हैं असं पहल के आधार पर पूरी करते हैं क्योंकि किसान पंजाब जिहड़ा खेतीबाड़ी निर्भर सूबा गा सब तो वध जिहड़ा पंजाब खेती होंदी आ। सो खेती नूं होर विज्ञानक लीहां ते लैके जाण लई जिहड़ी यूनिवर्सिटी जिन्ने उपराले करदी जिन्ना भी योगदान होगा सरकार वो लगातार पाउंदी रहेगी। सर खेती नीति दी गल चल रही है, खेती नीति कदों तक किसानों कोल आ ਕਿੱਥੇ ਕੌਣ ਹੋਏ ਮੈਨੂੰ ਸਾਡੇ ਨਾਲ ਮੇਰੇ ਨਾਲ ਮਹਿੰਦਰ ਸਿੰਘ ਸਿੱਧੂ ਜੀ ਆਏ ਨੂੰ ਖੇਤੀ ਨੀਤੀ ਜਿਹੜੀ ਬਣਾ ਰਹੀ ਕਮੇਟੀ ਆ ਉਹਦੇ ਮੈਂਬਰ ਨੇਗੇ। ਉਹਨਾਂ ਨੇ ਦੱਸਿਆ ਕਿ ਅਗਲੇ ਮਹੀਨੇ ਤੱਕ ਜਿਹੜੀ ਖੇਤੀ ਨੀਤੀ ਆ ਉਹ ਤਿਆਰ ਹੋ ਜੂਗੀ ਔਰ ਜਿਹਦੇ ਵਿੱਚ ਕਿਸਾਨ ਵੀ ਸ਼ਾਮਿਲ ਹੋਏ ਨੇ ਉਹ ਕਿਸਾਨਾਂ ਤੋਂ ਵੀ ਅਸੀਂ ਇਨਪੁੱਟ ਲਈ ਆ ਉਹਨਾਂ ਤੋਂ ਵੀ ਸੁਝਾਅ ਲਏ ਨੇਗੇ ਔਰ ਬਹੁਤ ਅੱਛੇ ਸੁਝਾਅ ਆਏ ਨੇ ਸਾਰਿਆਂ ਨੂੰ ਇਕੱਠੇ ਕਰਕੇ ਜਿਹੜਾ ਉਹ ਖਰੜਾ ਤਿਆਰ ਕੀਤਾ ਜਾ ਰਿਹਾ ਤਾਂ ਕਿ ਆਉਣ ਵਾਲੇ ਸਮੇਂ ਦੇ ਅੰਦਰ ਪੰਜਾਬ ਦਾ ਕਿਸਾਨ ਜਿਹੜਾ ਹੈਗਾ ਹੋਰ ਵੀ ਅੱਛੇ ਤਰੀਕੇ ਨਾਲ ਖੇਤੀ ਕਰ ਸਕੇ। ਜਿਹੜੀ ਤੂਰ ਸਾਹਿਬ ਨੇ ਸਵਾਲ ਪੁੱਛਿਆ ਗਾ ਕਿ RDF ਦਾ ਪੈਸਾ ਰੁਕਿਆ ਗਾ, ਕੋਈ RDF ਦਾ ਪੈਸਾ ਸਿਰਫ ਔਰ ਸਿਰਫ ਮੰਡੀ ਢਾਂਚੇ 'ਤੇ ਹੀ ਖਰਚ ਹੁੰਦਾ ਗਾ। ਪੁਰਾਣੀਆਂ ਸਰਕਾਰਾਂ ਨੇ ਪੈਸਾ ਜਿਹੜਾ ਹੈਗਾ ਕਿਸੇ ਹੋਰ ਪਾਸੇ ਡਾਇਵਰਸ਼ਨ ਕਰਕੇ ਖਰਚ ਕੀਤਾ ਸੀ, ਜਿਹਦੇ ਉੱਤੇ ਪਾਬੰਦੀ ਗਵਰਨਮੈਂਟ ਆਫ ਇੰਡੀਆ ਲਾਈ ਸੀ। ਅਸੀਂ ਐਕਟ ਸੋਧ ਕਰਕੇ ਗਵਰਨਮੈਂਟ ਆਫ ਇੰਡੀਆ ਨੂੰ ਭੇਜਿਆ ਗਾ ਕਿ ਅਸੀਂ ਉਹ ਇਕੱਲਾ ਪੈਸਾ ਜਿਹੜਾ ਹੈਗਾ ਕਿਸਾਨਾਂ 'ਤੇ ਲਾਵਾਂਗੇ, ਕਿਸਾਨਾਂ ਦੀਆਂ ਮੰਡੀਆਂ 'ਤੇ ਲਾਵਾਂਗੇ। ਸੋ ਹੁਣ ਪਤਾ ਨਹੀਂ ਕਿਉਂ ਕੇਂਦਰ ਸਰਕਾਰ ਸਾਡੇ ਦਾ ਵਿਤਕਰਾ ਕਰ ਰਹੀ ਹੈ। ਸੋ ਮੈਂ ਸਮਝਦਾ ਕੇਂਦਰ ਸਰਕਾਰ ਨੂੰ ਪੰਜਾਬ ਦੇ ਕਿਸਾਨ ਨਾਲ ਵਿਤਕਰਾ ਨਹੀਂ ਕਰਨਾ ਚਾਹੀਦਾ, ਵਿਤਕਰਾ ਬੰਦ ਕਰਕੇ ਪੈਸੇ ਤੁਰੰਤ ਚਾਹੀਦੇ। ਨਵੀਂ ਸਰਕਾਰ ਦੇ ਵਿੱਚ ਜਿਹੜਾ ਐਕਸਾਈਜ਼ ਤੋਂ ਕਿੰਨਾ ਕਮਾਲੀ ਆ ਵਧਾਇਆ ਜੀ ਪਿਛਲੇ ਦੇਖੋ ਨਵੀਂ ਐਕਸਾਈਜ਼ ਪਾਲਿਸੀ ਆਉਣ ਦੇ ਨਾਲ ਲਗਭਗ 44% ਤੋਂ ਉੱਪਰ ਦਾ ਵਾਧਾ ਇੱਕ ਸਾਲ ਦੇ ਵਿੱਚ ਹੋਇਆ ਗਾ। ਸਭ ਤੋਂ ਸਕਸੈਸਫੁਲ ਪਾਲਿਸੀ ਰਹੀ ਹੈਗੀ। ਸੋ ਲਗਭਗ 3000 ਕਰੋੜ ਤੋਂ ਉੱਪਰ ਦਾ ਸਾਲਾਨਾ ਜਿਹੜੀ ਆ ਉਹ ਵੱਧ ਕਮਾਈ ਜਿਹੜੀ ਆ ਇਸ ਤਰ੍ਹਾਂ ਪੂਰੇ ਹੀ ਹਲੇ ਜਿਹੜਾ ਟਾਈਮ ਰਹਿੰਦਾ ਉਹ ਨਹੀਂ ਚੱਲ ਰਿਹਾ ਤਾਂ ਇਹ ਸਾਲ ਚੱਲ ਰਿਹਾ ਪਿਛਲੇ ਸਾਲ ਦੇ ਵਿੱਚ ਪਿਛਲੇ ਖਜ਼ਾਨਾ ਮੰਤਰ੾ੀ ਖਜ਼ਾਨਾ ਖਾਲੀ ਹੋਣ ਦਾ ਰੂਆ ਮਿਟਦੇ ਦੀ ਕੀ ਹੁਣ ਆਪਣਾ ਖਜ਼ਾਨਾ ਭਰਿਆ ਹੋਇਆ ਜੀ। ਦੇਖੋ ਖਜ਼ਾਨਾ ਲਗਾਤਾਰ ਅਸੀਂ ਉਹਨੂੰ ਤੰਦਰੁਸਤ ਕਰ ਰਹੇ ਹਾਂ, ਲਗਾਤਾਰ ਭਰ ਰਹੇ ਹਾਂਗੇ। ਸੋ ਲਗਾਤਾਰ ਜਿਹੜੀ ਟੈਕਸ ਦੀ ਚੋਰੀ ਰਾਸਤਿਆਂ ਵਿੱਚ ਹੁੰਦੀ ਸੀਗੀ ਜਿਹੜਾ ਲੀਡਰਾਂ ਦੇ ਘਰਾਂ ਚਲਾ ਜਾਂਦਾ ਸੀ ਪੈਸਾ, ਉਹ ਅੱਜ ਪੰਜਾਬ ਦੇ ਖਜ਼ਾਨੇ ਜਾ ਰਿਹਾ ਕਿਉਂਕਿ ਪੰਜਾਬ ਦਾ ਖਜ਼ਾਨਾ ਲੋਕਾਂ ਦਾ ਖਜ਼ਾਨਾ ਹੈਗਾ। ਜਿਹੜੇ ਪੰਜਾਬ ਦੇ ਲੋਕ ਪੈਸੇ ਦਿੰਦੇ ਨੇ ਉਹ ਪੰਜਾਬ ਦੇ ਲੋਕਾਂ 'ਤੇ ਹੀ ਖਰਚ ਹੋਣਗੇ। ਇਹ ਜਿਹੜੇ ਮੇਲੇ ਲਾਉਣ ਦੀ ਹੋਰ ਕੋਈ ਵਧਾਉਣ ਦਾ ਹੈਗਾ ਜੀ ਜਿਵੇਂ ਬੜੇ ਲੋਕ? ਬਿਲਕੁਲ ਲਗਾਤਾਰ ਵਾਈਸ ਚਾਂਸਲਰ ਸਾਹਿਬ ਖੜੇ ਨੇਗੇ, ਲਗਾਤਾਰ ਜਿਹੜੇ ਹੋਰ ਮੇਲੇ ਜਿੱਥੇ ਵੀ ਕਿਤੇ ਲੋੜ ਹੋਊਗੀ ਅਸੀਂ ਲਾਵਾਂਗੇ, ਅਸੀਂ ਵਧਾਵਾਂਗੇ। ਕੈਨੇਡਾ ਦੇ ਸੰਬੰਧ ਜਿਹੜੇ ਲਗਾਤਾਰ ਖਰਾਬ ਹੋ ਰਹੇ ਨੇ, ਪੰਜਾਬ ਨਾਲ ਸਿੱਧਾ ਸੰਬੰਧ ਹੈ, ਕਿਵੇਂ ਦੇਖਦੇ ਆ ਪੰਜਾਬ ਸਰਕਾਰ ਨੂੰ? ਦੇਖੋ ਮੈਂ ਸਮਝਦਾਗਾ ਕਿ ਦੇਸ਼ ਦੇ ਪ੍ਰਧਾਨ ਮੰਤਰੀ ਸਾਹਿਬ ਨੂੰ ਤੁਰੰਤ ਇੰਟਰਫੀਰੈਂਸ ਕਰਨੀ ਚਾਹੀਦੀ ਆ, ਦਵੱਲੇ ਸੰਬੰਧ ਸੁਧਾਰਨੇ ਚਾਹੀਦੇ ਨੇ। ਇਹ ਇਕੱਲੇ ਪੰਜਾਬ ਦੇ ਵੀ ਦੇਸ਼ ਦੇ ਲੱਖਾਂ ਹੀ ਵਿਦਿਆਰਥੀ ਜਿਹੜੇ ਨੇ ਉੱਥੇ ਪੜ੍ਹਨ ਦੇ ਲਈ ਕਾਰੋਬਾਰ ਕਰਨ ਦੇ ਲਈ ਗਏ ਹੋਏ ਨੇ। ਸੋ ਪ੍ਰਧਾਨ ਮੰਤਰੀ ਸਾਹਿਬ ਨੂੰ ਤੁਰੰਤ ਜਿਹੜੇ ਕੈਨੇਡਾ ਦੇ ਪ੍ਰਧਾਨ ਮੰਤਰੀ ਸਾਹਿਬ ਨੇ ਉਹਨਾਂ ਨਾਲ ਗੱਲ ਕਰਕੇ ਇਸ ਮਸਲੇ ਦਾ ਸੰਜੀਦਾ ਹੱਲ ਕੱਢਣ।